ਹਾਂਜੀ ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਤੁਸੀਂ ਫਿਰ ਸਾਂਝਾ ਪੰਜਾਬ ਚੈਨਲ ਲਾਈਫ UK ਦੇ ਨਾਲ ਤੁਸੀਂ ਜੁੜੇ ਹਾਂ ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਖਾਸ ਇੱਕ ਬਹੁਤ ਹੀ ਸ਼ੋਰਟ ਨੋਟਿਸ ਉੱਤੇ ਕੀਤਾ ਗਿਆ ਅਤੇ ਉਹ ਤੁਹਾਨੂੰ ਦੱਸਾਂਗੇ ਬਾਅਦ ਕਿਹੜਾ ਪ੍ਰੋਗਰਾਮ। ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਸਾਰਿਆਂ ਨੂੰ ਸਾਡੀ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਹੀ ਬਹੁਤ ਸਾਂਝਾ ਪੰਜਾਬ ਚੈਨਲ UK ਦੇ ਲਾਈਵ ਦੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਅਤੇ ਅੱਜ ਖਾਸ ਪ੍ਰੋਗਰਾਮ ਲੈ ਕੇ ਆਏ ਹਾਂ, ਮੇਰੇ ਨਾਲ ਨੇ ਇੰਗਲੈਂਡ ਦੇ ਜੰਪਲ ਦੀਪਾ ਰਾਏ ਜੀ। ਦੀਪਾ ਰਾਏ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਬਹੁਤ ਇੱਕ ਛੋਟੀ ਜਿਹੀ ਇੰਟਰਵਿਊ ਕਰਕੇ ਅਤੇ ਉਹਨਾਂ ਦੀ ਗੱਲਬਾਤ ਕਰਦੇ ਹਾਂ, ਖਾਸ ਮਕਸਦ ਲੈ ਕੇ ਆਏ ਹਾਂ। ਅਤੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ, ਤੁਹਾਡਾ ਮੈਂ ਇੰਟਰੋਡਕਸ਼ਨ ਕਰਾਉਣਾ ਸਾਡੇ ਦੀਪਾ ਰਾਏ ਜੀ ਨਾਲ। ਦੀਪਾ ਰਾਏ ਜੀ, ਤੁਹਾਡਾ ਸਾਂਝਾ ਪੰਜਾਬ ਚੈਨਲ ਦੇ ਉੱਤੇ ਸਵਾਗਤ ਆ। ਥੈਂਕ ਯੂ ਜੀ। ਸਾਰੇ ਦੇਸ਼ ਪ੍ਰਦੇਸ਼ ਦੇ ਵਿੱਚ ਸਾਂਝਾ ਪੰਜਾਬ ਚੈਨਲ ਲਾਈਵ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਤੁਹਾਡੇ ਆਪਣੇ ਦੀਪਾ ਰਾਏ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਆਪਣੀ ਆਪਣੀ ਜਗ੍ਹਾ 'ਤੇ ਖੁਸ਼ ਅਤੇ ਤੰਦਰੁਸਤ ਹੋਵੋਗੇ। ਦੀਪਾ ਰਾਏ ਜੀ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਆਪਣੀ ਲਾਈਫ ਬਾਰੇ ਦੱਸੋ ਕਿ ਤੁਸੀਂ ਕਿੱਦਾਂ ਇੱਥੇ ਇੰਗਲੈਂਡ ਦੇ ਵਿੱਚ ਕੀ ਕਰ ਰਹੇ ਆ, ਕਿੱਦਾਂ ਆਏ ਆ, ਕਿੰਨੀ ਕੁ ਉਮਰ ਹੈ, ਕੀ ਤੁਹਾਡਾ ਆਪਣਾ ਪੋਜੀਸ਼ਨ ਕੀ ਤੁਹਾਡੇ ਇੰਗਲੈਂਡ ਦੇ ਵਿੱਚ? ਜੀ, ਉਮਰ ਤਾਂ ਹੁਣ ਕਾਫੀ ਹੋ ਚੱਲੀ ਹੈ, ਉਮਰ ਥੋੜ੍ਹੀ ਜਿਹੀ ਲੁਕੋ ਵੀ ਰਹੇ ਹਾਂ ਅਤੇ ਮੇਨ ਇੱਦਾਂ ਜੀ, ਮੈਂ ਇੰਗਲੈਂਡ ਦਾ ਜੰਮਪਲ ਹਾਂ ਜੀ, ਲੰਡਨ ਤੋਂ ਹੀ। ਅਤੇ ਛੋਟੀ ਉਮਰ ਦੇ ਵਿੱਚ ਮੈਨੂੰ ਇੰਡੀਆ ਦੇ ਵਿੱਚ ਜਾ ਕੇ ਪੜ੍ਹਨ ਦਾ ਮੌਕਾ ਮਿਲਿਆ 2 ਸਾਲ, ਅਤੇ ਉੱਥੇ ਪੰਜਾਬੀ ਸਿੱਖਣੀ ਐਂਡ ਉਹਦੇ ਬਾਅਦ 'ਚੋਂ ਅਸੀਂ ਨਿਊ ਕਾਸਲ ਮੂਵ ਹੋ ਗਏ। ਸਾਡਾ ਔਫ ਲਾਈਸੈਂਸ ਗਰੋਸਰੀਆਂ ਦਾ ਉੱਥੇ ਕੰਮ ਆ, ਸ਼ੋਪਾਂ ਦਾ, ਅਤੇ ਉੱਥੇ ਜਾ ਕੇ ਗੋਰਿਆਂ ਦੇ ਵਿੱਚ ਸ਼ੋਪਾਂ 'ਚ ਜਦੋਂ ਬਿਜ਼ੀ ਹੋ ਗਿਆ ਤਾਂ ਮਿਸਿੰਗ ਮਾਈ ਓਨ ਕਲਚਰ, ਆਪਣੇ ਪੰਜਾਬੀ ਕਲਚਰ ਨੂੰ ਵੀ ਨਾਲ ਜੋੜੇ ਰੱਖਣਾ ਸੀਗਾ, ਸੋ ਇਸ ਕਰਕੇ ਮੈਂ ਗਾਇਕੀ ਵੱਲ ਵੀ ਪੈ ਗਿਆ ਅਤੇ ਗਾਇਕੀ ਤੋਂ ਹੌਲੀ ਹੌਲੀ ਇੱਥੇ ਤੱਕ ਪਹੁੰਚ ਗਏ। ਅਤੇ ਗਾਇਕੀ ਦੇ ਵਿੱਚ ਤੁਸੀਂ ਕਿੰਨਾ ਚਿਰ ਚੀਜ਼ ਕੀਤਾ ਅਤੇ ਕਿਹਨਾਂ ਕੋਲੋਂ ਸਿੱਖਿਆ ਅਤੇ ਕਿਹਨਾਂ ਦੀ ਸਿੱਖਿਆ ਲਈ ਆ? ਜੀ, ਮੇਰੇ ਉਸਤਾਦ ਜੋਤੀ ਮਾਨ ਜੀ ਨੇ ਲੁਧਿਆਣੇ ਤੋਂ ਅਤੇ ਜੱਸੀ ਭੋਗਲ ਜੀ ਨੇ ਹੁਸ਼ਿਆਰਪੁਰ ਤੋਂ, ਜੋ ਕਿ ਮਿਊਜ਼ਿਕ ਕਰਦੇ ਨੇ। ਅਤੇ ਮੈਂ ਛੋਟੀ ਉਮਰੇ ਉਹਨਾਂ ਦੇ ਕੋਲ 16-17 ਸਾਲ ਦੀ ਉਮਰ ਦੇ ਵਿੱਚ ਮੈਂ ਇੰਡੀਆ ਸਿੱਖਣ ਲੱਗ ਪਿਆ ਸੀਗਾ। ਇੱਥੇ ਵੀ ਮੈਂ ਕਾਫੀ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ ਪਰਫੋਰਮਿੰਗ ਆਰਟਸ ਐਂਡ ਮਿਊਜ਼ਿਕ ਇੱਦਾਂ ਦਾ ਸਿੱਖੀ ਗਿਆ ਨਾਲੋਂ ਨਾਲ। ਅਤੇ ਜਦੋਂ ਵੀ ਮੌਕਾ ਮਿਲਣਾ ਇੰਡੀਆ ਜਾ ਕੇ ਸਿੱਖਣ ਦਾ, ਗਰਮੀਆਂ ਦੀਆਂ ਸਕੂਲੋਂ ਕਾਲਜ ਤੋਂ ਛੁੱਟੀਆਂ ਹੋਣੀਆਂ ਅਤੇ ਉੱਥੇ ਜਾ ਕੇ ਆਪਾਂ ਸਿੱਖਦੇ ਰਹੇ ਹਾਂ ਜਿੰਨਾ ਕੁ ਸਾਨੂੰ ਟਾਈਮ ਮਿਲਿਆ। ਬਟ ਮੇਨ ਸਾਡੇ ਪਰਿਵਾਰ ਦਾ ਇਹ ਸੀਗਾ ਵੀ ਪੰਜਾਬੀ ਬੋਲਣੀ ਆ ਜਾਵੇ ਬੱਚਿਆਂ ਨੂੰ, ਜਾਣੀ ਕਿ ਵੀ ਆਪਣੀ ਪਿੰਡ ਦਾ ਇਹਨਾਂ ਨੂੰ ਪਤਾ ਹੋਵੇ, ਆਪਣੇ ਕਾਰੋਬਾਰ ਜ਼ਮੀਨ ਦਾ ਪਤਾ ਹੋਵੇ। ਸੋ ਇਸ ਕਰਕੇ ਅਸੀਂ ਪੰਜਾਬ ਦੇ ਨਾਲ ਜੁੜੇ ਰਹੇ ਹਾਂ ਇੱਥੋਂ ਵੀ, ਅਤੇ ਇਹਦੇ ਵਿੱਚ ਮੇਰੀ ਹੈਲਪ ਹੋ ਗਈ ਥੋੜ੍ਹੀ ਜਿਹੀ। ਜੀ ਜੀ, ਵੈਸੇ ਤੁਹਾਡੀ ਬਹੁਤ ਚੰਗੀ ਵਿਚਾਰ ਹੈ ਕਿ ਤੁਸੀਂ ਆਪਣੇ ਪਰਿਵਾਰ ਨੂੰ ਪੰਜਾਬੀ ਦੇ ਨਾਲ, ਪੰਜਾਬੀ ਦੇ ਆਪਣੇ ਕਲਚਰ ਦੇ ਨਾਲ ਜੋੜੀ ਰੱਖਦੇ ਹਾਂ। ਅਤੇ ਬਾਕੀ ਹੁਣ ਅੱਜ ਆਪਾਂ ਜਿਹੜਾ ਸਾਡਾ ਅਸਲੀ ਮੁੱਦਾ ਆ ਜੀ, ਆਪਾਂ ਉਹ 'ਤੇ ਆਉਂਦੇ ਹਾਂ। ਤੁਸੀਂ ਖੁਦ ਵੀ ਗਾਉਂਦੇ ਆ ਜੀ, ਅਤੇ ਬੜਾ ਤੁਹਾਡਾ ਨਾਂ ਸੁਣਿਆ ਮੈਂ, ਬਹੁਤ ਵਧੀਆ, ਪਰਮਾਤਮਾ ਤੁਹਾਨੂੰ ਚੜ੍ਹਦੇ ਕਲਾ 'ਚ ਰੱਖੇ। ਅਤੇ ਜਿਹੜਾ ਹੁਣ ਤੁਸੀਂ ਪ੍ਰੋਜੈਕਟ ਸ਼ੁਰੂ ਕੀਤਾ, ਉਹਦਾ ਤੁਹਾਡੇ ਪ੍ਰੋਜੈਕਟ ਬਾਰੇ ਤੁਹਾਡਾ ਕੀ ਖਿਆਲ, ਕਿਸ ਤਰ੍ਹਾਂ ਤੁਹਾਡਾ ਖਿਆਲ ਆਇਆ? ਖਿਆਲ ਇੱਦਾਂ ਸੀਗਾ ਜੀ ਵੀ ਗਾਇਕੀ ਜਦੋਂ ਕਰਦੇ ਸੀਗੇ ਤਾਂ ਸ਼ੁਰੂ ਤੋਂ ਅਸੀਂ ਚਮਕੀਲਾ ਜੀ ਦੇ ਫੈਨ ਰਹੇ ਹਾਂ, ਯਮਲਾ ਜੀ ਦੇ ਫੈਨ ਰਹੇ, ਗੁਰਦਾਸ ਮਾਨ ਜੀ ਦੇ, ਸਾਰੇ ਜਿੰਨੇ ਵੀ ਆਪਣੇ ਤਕਰੀਬਨ ਲੈਜੈਂਡ ਹੀ ਆ ਹੁਣ, ਸਾਰਿਆਂ ਨੂੰ ਅਸੀਂ ਸੁਣਦੇ ਰਹੇ ਹਾਂ। ਪਰ ਉਹਦੇ ਵਿੱਚੋਂ ਜਿਹੜੀ ਚਮਕੀਲੇ ਦੀ ਲਾਈਫ ਸਟੋਰੀ ਆ ਉਹ ਥੋੜ੍ਹੀ ਜਿਹੀ ਦਿਲਚਸਪ ਮੈਨੂੰ ਜ਼ਿਆਦਾ ਲੱਗੀ, ਕਿਉਂਕਿ ਉਹ ਇੱਕ ਛੋਟੀ ਉਮਰ ਦੇ ਵਿੱਚ ਤਾਂ ਉਹਨਾਂ ਦੀ ਡੈਥ ਹੋ ਗਈ ਆ, 27 ਸਾਲ ਦੀ ਉਮਰ ਦੇ ਵਿੱਚ। ਅਤੇ ਇੰਨਾ ਨਾਮ ਕਮਾਉਣਾ
ਅਤੇ ਹਜੇ ਵੀ ਅੱਜ ਦੀ ਜਿਹੜੀ ਜੈਨਰੇਸ਼ਨ ਆ ਉਹ ਵੀ ਰੀਮਿਕਸ ਕਰਕੇ ਗਾਣੇ ਸੁਣਦੇ ਆ, ਅਤੇ ਬਹੁਤ ਘੱਟ ਮੈਂ ਦੇਖਿਆ ਵੀ ਇੱਦਾਂ ਦਾ ਕੋਈ ਆਰਟਿਸਟ ਜਿਹਦੇ ਇੰਨੇ ਰੀਮਿਕਸ ਕਰਕੇ ਹੁਣ ਦੇ ਟਾਈਮ ਦੇ ਵਿੱਚ ਵੀ ਚੱਲਦੇ, ਹੁਣ ਚੱਲਦੇ ਆ ਬਹੁਤਿਆਂ ਦੇ ਚੱਲਦੇ ਆ, ਬਟ ਸ਼ਾਇਦ ਉਹ ਉਨੇ ਨਾ ਚੱਲਦੇ ਹੁਣ ਜਿੰਨੇ ਚਮਕੀਲੇ ਦੇ ਅੱਜ ਕੱਲ੍ਹ ਚੱਲਦੇ ਆ। ਤੇ ਉਹਦਾ ਰੀਜ਼ਨ ਕੀ ਸੀ ਕਿ ਚਮਕੀਲਾ ਜੀ ਜਿਹੜੇ ਗਾਣੇ ਜ਼ਿਆਦਾ ਚੱਲਦੇ ਆ, ਤੁਹਾਡਾ ਆਪਣਾ ਤੁਹਾਡਾ ਕੀ ਵਿਚਾਰ ਹੈ ਕਿਸ ਕਰਕੇ ਚੱਲਦੇ ਸੀ ਜ਼ਿਆਦਾ? ਮੇਰੀ ਆਪਣੀ ਸੋਚ ਇਹ ਹੈ ਵੀ ਇੱਕ ਤਾਂ ਜੀ ਤਰਜ਼ਾਂ ਉਹਦੀਆਂ ਜਿਹੜੀਆਂ, ਜਾਂ ਮਿਊਜ਼ਿਕ ਲਾ ਲਾ, ਸਭ ਤੋਂ ਪਹਿਲਾਂ ਤਾਂ ਆਪਾਂ ਜੇ ਆਪਾਂ ਕਿਸੇ ਬੱਚੇ ਨੂੰ ਮਿਊਜ਼ਿਕ ਵੀ ਸੁਣਾਈਏ, ਉਹ ਬੱਚੇ ਦੇ ਤੁਸੀਂ ਜਦੋਂ ਮਿਊਜ਼ਿਕ ਚੱਲਦਾ ਉਹਨੂੰ ਕੋਈ ਬੋਲਾਂ ਦਾ ਮਤਲਬ ਨਹੀਂ ਹੁੰਦਾ ਉਹਨੂੰ ਕਿਸੇ ਨਾਲ, ਉਹਨੂੰ ਸਿਰਫ ਰਿਦਮ ਜਾਂ ਮਿਊਜ਼ਿਕ ਦੇ ਨਾਲ ਹੁੰਦਾ, ਜਿਹਦੇ ਨਾਲ ਕਿ ਨਿਆਣਾ ਵੀ ਭੰਗੜਾ ਪਾਉਣ ਨੂੰ ਉਹਦਾ ਜੀ ਕਰਦਾ। ਬਟ ਉਹੀ ਚੀਜ਼ ਸਾਡੇ ਨਾਲ ਹੋਈ, ਸੋ ਜਦੋਂ ਅਸੀਂ ਇਹ ਤਰਜ਼ਾਂ ਚਮਕੀਲੇ ਦੀਆਂ ਸੁਣੀਆਂ ਸਾਨੂੰ ਵਧੀਆ ਲੱਗਾ, ਸਾਨੂੰ ਇੱਦਾਂ ਲੱਗਾ ਵੀ ਇਹ ਕੁਛ ਡਿਫਰੈਂਟ ਆਊਟਸਟੈਂਡਿੰਗ ਹੈ। ਤੇ ਬਾਕੀ ਤੁਹਾਨੂੰ ਤੁਸੀਂ ਜਿੱਦਾਂ ਕਿ ਤੁਸੀਂ ਹੁਣ ਫਿਲਮ ਚਮਕੀਲਾ ਜੀ ਦੀ ਬਣਾਈ ਆ ਜੀ, ਤੇ ਤੁਹਾਨੂੰ ਚਮਕੀਲਾ ਜੀ ਦੀ ਫਿਲਮ ਬਣਾਉਣ ਵਾਸਤੇ ਤੁਹਾਨੂੰ ਕਿਸ ਚੀਜ਼ ਨੇ ਜ਼ਿਆਦਾ ਪ੍ਰੇਰਨਾ ਕੀਤੀ ਆ? ਮੈਨੂੰ, ਮੈਂ ਜਦੋਂ ਇੰਡੀਆ ਜਾ ਕੇ ਨਾ ਉਹਨਾਂ ਦੇ ਸਾਥੀਆਂ ਨੂੰ ਮਿਲਿਆ, ਸਾਜੀਆਂ ਨੂੰ ਮਿਲਿਆ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਚਮਕੀਲਾ ਜੀ ਬਾਰੇ, ਜੀਵਨੀ ਬਾਰੇ ਦੱਸੋ। ਸੋ ਮੈਂ ਜਿੰਨਾ ਜਿੰਨਾ ਉਹਨਾਂ ਦੀ ਜੀਵਨੀ ਬਾਰੇ ਸੁਣਦਾ ਗਿਆ ਉਨਾ ਹੀ ਜ਼ਿਆਦਾ ਪ੍ਰਭਾਵਿਤ ਹੁੰਦਾ ਗਿਆ, ਕਿਉਂਕਿ ਉਹਨਾਂ ਦੀ ਲਾਈਫ ਦੇ ਵਿੱਚ ਇੰਨੇ ਕਿੱਸੇ ਨੇ ਕਿ ਅਸੀਂ ਆਹ 2 ਘੰਟੇ 15 ਮਿੰਟ ਦੀ ਜਿਹੜੀ ਫਿਲਮ ਹੈ ਉਹਦੇ ਵਿੱਚ ਵੀ ਪੂਰਾ ਦਿਖਾ ਨਹੀਂ ਸਕੇ। ਸੋ ਇਹ ਜਾਣੀ ਕਿ ਉਹਨਾਂ ਦਾ ਜਿੰਨਾ ਮੈਂ ਸੁਣਿਆ ਮੈਨੂੰ ਇੱਦਾਂ ਲੱਗਾ ਕਿ ਹਾਂ ਮੈਂ ਇਸੇ ਕਰੈਕਟਰ 'ਤੇ, ਇਸੇ ਇਨਸਾਨ 'ਤੇ ਮੈਂ ਮੂਵੀ ਬਣਾਉਣੀ ਪਸੰਦ ਕਰੂੰਗਾ। ਚਲੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੂਵੀ ਬਣਾਈ ਆ ਜੀ, ਅਤੇ ਬਾਕੀ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਦੱਸਦੇ ਵੀ ਜਿਹੜੀ ਮੂਵੀ ਆ ਕਿੱਥੇ ਕਿੱਥੇ ਚੱਲ ਰਹੀ ਆ ਅਤੇ ਕਦੋਂ ਚੱਲ ਰਹੀ ਆ? ਹਾਂਜੀ, ਇਹ ਜਿਹੜੀ ਮੂਵੀ ਹੈ ਜੀ ਇਹ ਥਰਸਡੇ ਇੰਗਲੈਂਡ ਦੇ ਵਿੱਚ ਇਹਦੀ ਓਪਨਿੰਗ ਹੋਣ ਜਾ ਰਹੀ ਹੈ, ਪ੍ਰੈਮੀਅਰ ਦੀ ਜੀ। ਅਤੇ ਇਹ ਆਪਣੇ 3 ਵਜੇ ਸ਼ੋਅ ਆ ਅਤੇ 8:10 ਦਾ ਸ਼ੋਅ ਆ ਵੈਂਡਸਵਰਥ ਥਰਸਡੇ 17 ਤਰੀਕ ਨੂੰ ਜੀ, ਅਤੇ ਐਲਫੋਰਡ ਹੈਗਾ ਆ 17 ਤਰੀਕ ਨੂੰ 4:30 ਜੀ ਸਿਨੇਵਰਲਡ ਸਿਨੇਮੇ ਇਹ, ਅਤੇ ਫਰਾਈਡੇ ਤੋਂ ਇਹ ਸ਼ੁਰੂ ਹੋ ਰਹੀ ਆ ਜੀ ਵੋਵਹੈਂਪਟਨ 7:40 ਅਤੇ 7:10 ਦਾ ਲੂਟਨ ਫਰਾਈਡੇ ਨੂੰ, ਅਤੇ ਇਹ ਫਰਾਈਡੇ ਤੋਂ ਲੈ ਕੇ ਵੈਨਸਡੇ 7:40 ਵੋਵਹੈਂਪਟਨ ਦੇ ਸ਼ੋਅ ਹੈਗੇ ਆ ਜੀ ਜਿਹੜੇ ਤਕਰੀਬਨ ਲੱਗਿਆ ਕਰੋਗੇ। ਬਾਕੀ ਇਹ ਅਸੀਂ ਤਾਂ ਓਪਨਿੰਗ ਵਾਲੇ ਇਹ ਸ਼ੋਅ ਦੀ ਟਾਈਮਿੰਗ ਤੁਹਾਨੂੰ ਦੱਸੀ ਆ, ਲੱਗਣੀ ਇਹ ਕਾਫੀ ਲੰਮਾ ਟਾਈਮ ਆ, ਇਹ ਵੈਨਸਡੇ ਤੋਂ ਲੈ ਕੇ ਫਰਾਈਡੇ ਤੋਂ ਲੈ ਕੇ ਵੈਨਸਡੇ ਤੱਕ ਇਹ, ਵੈਸੇ ਜਿਹੜੀ ਹੁਣ ਦੀ ਸਕੈਜੂਲ ਉਹ ਪਾਈਓ, ਅਤੇ ਰੋਜ਼ ਇਹਨਾਂ ਦੇ ਵੱਖੋ ਵੱਖਰੇ ਟਾਈਮ ਆ। ਸੋ ਜਿਹੜੇ ਮੇਰੇ ਵੀਰ ਸੱਜਣ ਮਿੱਤਰ ਚਮਕੀਲੇ ਦੇ ਚਾਹਵਾਨ ਨੇ ਜਾਂ ਉਹਨਾਂ ਨੂੰ ਪਸੰਦ ਕਰਦੇ ਨੇ ਅਤੇ ਪੰਜਾਬੀ ਫਿਲਮਾਂ ਨੂੰ ਪਸੰਦ ਕਰਦੇ ਨੇ, ਉਹਨਾਂ ਲਈ ਇਹ ਟਾਈਮਿੰਗ ਉਹ ਤੁਸੀਂ ਸਿਨੇਵਰਲਡ ਸਾਈਟ 'ਤੇ ਜਾ ਕੇ ਜਾਂ www.byichamkeelaforever.com ਸਾਈਟ 'ਤੇ ਜਾ ਕੇ ਉੱਤੇ ਸਾਰੀ ਟਾਈਮਿੰਗ ਆ ਜਾਣੀ ਆ। ਸੋ ਉਹਦੇ ਬਾਅਦ 'ਚ ਬਾਕੀ ਜਿੰਨੇ ਵੀ ਆਪਣੇ ਇੰਗਲੈਂਡ ਦੇ ਸਿਨੇਮੇਸ ਹੈਗੇ ਆ, ਸਾਡੀ ਕੋਸ਼ਿਸ਼ ਆ ਸਾਰੇ ਆਪਾਂ ਹੌਲੀ ਹੌਲੀ ਕਰਕੇ ਸਾਰੇ ਪਾਸੇ ਲਾਈਏ। ਹਾਂਜੀ, ਦੱਸਿਆ ਜਿਸ ਤਰ੍ਹਾਂ ਜੀ ਪਿਓ ਨੇ ਦੱਸਿਆ ਕਿ ਇੰਗਲੈਂਡ ਦੇ ਜਿੰਨੇ ਵੀ ਸਾਡੇ ਸਿਨੇਮਾ ਬੋਰਡ ਜਾਂ ਹੋਰ ਜਿਹੜੇ ਸਿਨੇਮੇ ਆ ਉਹਨਾਂ ਸਾਰੇ ਸਿਨੇਮਾ ਦੇ ਵਿੱਚ ਇਹ ਚਮਕੀਲਾ ਜੀ ਦੀ ਬਾਈ ਚਮਕੀਲਾ ਫਿਲਮ ਜਿਹੜੀ ਆ ਲੱਗ ਰਹੀ ਆ, ਅਤੇ ਸਾਡੇ ਦੋਹਾਂ ਵੱਲੋਂ ਰਿਕੁਐਸਟ ਆ ਕਿ ਤੁਸੀਂ ਜਾਓ ਇਹਨੂੰ ਦੇਖੋ, ਇੱਕ ਇਹੋ ਜਿਹੇ ਲਹਿਜੇ ਨੂੰ ਦੇਖੋ ਕਿ ਉਹਦਾ ਆਰਟ, ਉਹਦੀ ਕਲਾਕਾਰੀ, ਉਹਦੀਆਂ ਗੱਲਾਂ ਬਾਤਾਂ ਅਤੇ ਉਹਦੀ ਜ਼ਿੰਦਗੀ ਜਿਹੜੀ ਆ ਉਹ ਕਿਸ ਹਿਸਾਬ ਨਾਲ ਬਤੀਤ ਹੋਈ ਆ, ਅਤੇ ਤੁਸੀਂ ਸਾਰੇ ਜਾਣਨੇ ਉਹਦੇ ਵਿੱਚ ਸਾਡਾ ਵੀ ਹੌਸਲਾ ਵਧਾਈ ਵਧੂਗਾ ਅਤੇ ਨਾਲ ਨਾਲ ਸਭ ਤੋਂ ਜ਼ਿਆਦਾ ਤੁਸੀਂ ਆਪਣੀ ਇੰਜੋਏ ਵੀ ਕਰੋਗੇ। ਹਾਂਜੀ, ਅਤੇ ਬਾਕੀ ਹੋਰ ਦੀ ਭਾਅ ਜੀ ਤੁਸੀਂ
ਕੀ ਕਹਿਣਾ ਚਾਹੁੰਦੇ ਇਸ ਫਿਲਮ ਬਾਰੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਇੰਗਲੈਂਡ ਤੋਂ ਜਿੱਦਾਂ ਆਪਾਂ ਕਹਿੰਦੇ ਨਾ ਇੱਥੇ ਦੇ ਜੰਮਪਲ ਹੋ ਕੇ ਸਾਡਾ, ਮੈਂ ਇਹ ਚਾਹੁੰਦਾ ਵੀ ਇੱਥੇ ਦੇ ਬੱਚੇ ਜਿਹੜੇ ਆ, ਜਿੱਦਾਂ ਮੈਨੂੰ ਮੇਰੇ ਮਾਪਿਆਂ ਨੇ ਇੰਡੀਆ ਭੇਜ ਕੇ ਮੈਨੂੰ ਪੰਜਾਬੀ ਸਿੱਖਣ ਨੂੰ ਕਿਹਾ, ਜਾਂ ਇੱਥੇ ਵੀ ਇੰਗਲੈਂਡ ਦੇ ਵਿੱਚ ਵੀ ਮੈਂ ਗੁਰੂ ਘਰੇ, ਬਲਵੜੀਅਰ ਈਰਤ ਸਾਡੇ ਨਾਲ ਹੀ ਗੁਰੂ ਘਰ ਸੀਗਾ, ਅਤੇ ਸਾਨੂੰ ਪੰਜਾਬੀ ਪੜ੍ਹਨ ਨੂੰ ਕਹਿਣਾ ਵੀ ਤੁਸੀਂ ਪੜ੍ਹੋ ਸਿੱਖੋ, ਉਸ ਵੇਲੇ ਨਹੀਂ ਚੰਗਾ ਲੱਗਦਾ ਹੁੰਦਾ, ਖੇਲਣ 'ਚ ਜ਼ਿਆਦਾ ਸਾਡਾ ਮਨ ਹੁੰਦਾ ਸੀ, ਪਰ ਉਹ ਜਿਹੜੀ ਚੀਜ਼ ਅਸੀਂ ਸਿੱਖ ਲਈ ਆ, ਮੈਂ ਚਾਹੁੰਦਾ ਵੀ ਗਾਹਾਂ ਦੇ ਜਿਹੜੇ ਇੱਥੇ ਦੇ ਬੱਚੇ ਆ ਉਹ ਵੀ ਆਪਣੇ ਪੰਜਾਬੀ ਕਲਚਰ ਅਤੇ ਆਪਣੀਆਂ ਪੰਜਾਬੀ ਫਿਲਮਾਂ ਹੋਣ, ਕੁਛ ਬੁੱਕਸ ਹੋਣ, ਕੁਛ ਵੀ ਉਹਦੇ ਨਾਲ ਆਪਾਂ ਜੁੜੇ ਰਹੀਏ, ਤਾਂ ਕਿ ਜਿਵੇਂ ਮੈਂ ਸਿੱਖਿਆ, ਮੈਂ ਚਾਹੁੰਦਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਜੇ ਇਹੀ ਸਿੱਖਿਆ ਸਾਰਿਆਂ ਨੂੰ ਜਾਣੀ ਕਿ ਕਹਿਣ ਦਾ ਮੌਕਾ ਮਿਲ ਜਾਵੇ ਥੋੜ੍ਹਾ ਬਹੁਤਾ, ਤਾਂ ਵੈਰੀ ਗੁੱਡ ਹੋਊਗਾ। ਦੀਪਕ ਤੁਹਾਡੀ ਬਹੁਤ ਵਧੀਆ ਸੋਚ ਆ। ਦੇਖੋ ਕਈ ਵਾਰੀ ਆਪਾਂ ਇੱਦਾਂ ਕਰਦੇ ਵੀ ਜੇ ਅਸੀਂ ਕਰਾਂਗੇ ਤਾਂ ਗਾਹ ਸਾਡੇ, ਜੋ ਅਸੀਂ ਕਰਨਾ ਗਾਹ ਸਾਡੇ ਜੀ ਬੱਚੇ ਕਰਨਗੇ। ਜੀ ਬਿਲਕੁਲ। ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਅਸੀਂ ਆਪਣੇ ਬੱਚੇ ਨੂੰ ਪੰਜਾਬੀ, ਪਹਿਲਾਂ ਤੁਹਾਡੇ ਮਾਪੇ ਨੇ ਤੁਹਾਨੂੰ ਇੰਡੀਆ ਦੇ ਵੀ ਭੇਜਿਆ ਹਾਂਜੀ ਪੰਜਾਬੀ ਸਿੱਖਣ ਵਾਸਤੇ, ਜੀ, ਅਤੇ ਤੁਸੀਂ ਉੱਥੋਂ ਪੰਜਾਬੀ ਸਿੱਖੀ ਅਤੇ ਅੱਜ ਤੁਸੀਂ ਉਸ ਚੀਜ਼ ਨੂੰ ਫੋਲੋ ਕਰ ਰਹੇ ਹਾਂ। ਜੀ ਜੀ ਬਿਲਕੁਲ। ਅਤੇ ਗਾਹਾਂ ਤੁਹਾਡੀ ਸੋਚ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਅਸੀਂ ਇਹ ਸਿੱਖਿਆ ਦੇਣੀ ਚਾਹੁੰਦੇ ਹਾਂ ਜੀ ਕਿ ਲੈ ਸਾਡੇ ਬੱਚੇ ਵੀ ਪੰਜਾਬੀ ਸਿੱਖਣ ਅਤੇ ਪੰਜਾਬੀ ਦੇ ਨਾਲ ਜੁੜੇ ਰਹਿਣ, ਅਤੇ ਗਾਹਾਂ ਜਿਹੜੀ ਸਾਡੀ ਪੰਜਾਬੀ ਆ ਉਹਨੂੰ ਗਾਹਾਂ ਚੱਲਦਾ ਵਾ, ਜੇ ਅਸੀਂ ਉਸ ਚੀਜ਼ ਨੂੰ ਰੱਖਾਂਗੇ ਬਿਲਕੁਲ ਤਾਂ ਹੀ ਸਾਡੀ ਜਿਹੜੀ ਹਾਂਜੀ ਕਲਚਰ ਆ ਸਾਡਾ ਜਿਹੜਾ ਜਿੰਦਾ ਰਹਿ ਸਕਦਾ। ਹਾਂਜੀ। ਨਹੀਂ ਤਾਂ ਆਪਾਂ ਦੇਖਦੇ ਹਾਂ ਹੁਣ ਸਾਡੇ ਜਿਹੜਾ ਕਲਚਰ ਆ ਪਿੱਛੇ ਨੂੰ ਬਹੁਤ ਆ ਰਿਹਾ, ਕਿਉਂਕਿ ਅਸੀਂ ਨਿਆਣਿਆਂ ਨੂੰ ਦੱਸ ਨਹੀਂ ਰਹੇ, ਬਿਲਕੁਲ ਨਿਆਣਿਆਂ ਨੂੰ ਕੁਝ ਪਤਾ ਨਹੀਂ ਹੈਗਾ। ਜੀ। ਜੇ ਅਸੀਂ ਨਿਆਣਿਆਂ ਨੂੰ ਦੱਸਾਂਗੇ ਨਾ ਤਾਂ ਸਾਡੇ ਨਿਆਣਿਆਂ ਨੂੰ ਪਤਾ ਕੁਛ ਲੱਗਣਾ। ਜੀ। ਬਹੁਤ ਵਧੀਆ ਗੱਲ ਆ। ਅਤੇ ਬਾਕੀ ਹੁਣ ਤੁਹਾਡਾ ਜਿਹੜਾ ਅਗਲਾ ਤੁਹਾਡਾ ਪ੍ਰੋਗਰਾਮ ਆ ਜੀ, ਉਹ ਕੀ ਤੁਹਾਡੇ ਮਨ ਦੇ ਵਿੱਚ ਕੀ ਹੈਗਾ, ਤੁਸੀਂ ਆਪਣਾ ਤੁਹਾਡਾ ਫਿਊਚਰ ਕੀ ਆ? ਫਿਊਚਰ 'ਚ ਇਹੀ ਹੈ ਜੀ ਵੀ ਤੁਸੀਂ ਇਹ ਸਾਡੀ ਪਹਿਲੀ ਫਿਲਮ ਨੂੰ ਪਿਆਰ ਦਿਓ, ਤਾਂ ਕਿ ਅਸੀਂ ਹੋਰ ਇਦਾਂ ਦੀਆਂ ਫਿਲਮਾਂ, ਸਾਡੇ ਬਹੁਤ ਅਰਮਾਨ ਨੇ, ਬਹੁਤ ਸੁਪਨੇ ਨੇ ਕਿ ਅਸੀਂ ਜਿੰਨੇ ਵੀ ਲੈਜੈਂਡਸ ਹੋਏ ਆ ਪੰਜਾਬੀ ਦੇ ਉਹਨਾਂ 'ਤੇ ਅਸੀਂ ਮੂਵੀਆਂ ਕਰੀਏ, ਉਹਨਾਂ ਦੇ ਵਿੱਚੋਂ ਯਮਲਾ ਜੱਟ ਜੀ ਵੀ ਆਉਂਦੇ ਨੇ, ਉਹਨਾਂ ਦੇ ਵਿੱਚੋਂ ਕੁਲਦੀਪ ਮਾਣਕ ਜੀ, ਸੁਰਿੰਦਰ ਸ਼ਿੰਦਾ ਜੀ, ਅਸੀਂ ਸਾਰਿਆਂ 'ਤੇ, ਦਿਲਸ਼ਾਨ ਅਖਤਰ, ਸਾਰੇ ਲੈਜੈਂਡਸ ਨੇ ਸਾਡੇ ਲਈ, ਸਾਰਿਆਂ 'ਤੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਅਤੇ ਪਰ ਉਹ ਕੰਮ ਤਾਹੀਓ ਹੋਊਗਾ ਜੇ ਤੁਸੀਂ ਸਾਡੀ ਪਹਿਲੀ ਜਿਹੜੀ ਸਾਡੀ ਪ੍ਰੋਡਕਟ ਆ ਉਹਨੂੰ ਤੁਸੀਂ ਪਿਆਰ ਅਤੇ ਹੰਗਾਰਾ ਦਿਓਗੇ। ਸੋ ਇਹੀ ਉਮੀਦ ਆ ਕਿ ਤੁਸੀਂ ਸਾਰੇ ਸਪੋਰਟ ਕਰੋ। ਦੀਪਰਾ ਜੀ, ਗੱਲ ਇਹ ਤਾਂ ਵੀ ਕਈ ਵਾਰੀ ਕਈ ਬੰਦੇ ਤਾਂ ਕੰਮ ਹੀ ਕਰਦੇ ਆ ਪੈਸੇ ਬਣਾਉਣ ਲਈ, ਜੀ, ਕਈਆਂ ਨੂੰ ਸ਼ੌਂਕ ਹੁੰਦਾ, ਜੀ, ਕਈ ਕਹਿੰਦੇ ਵੀ ਨਹੀਂ ਪੈਸੇ ਪੈਸੇ ਵੀ ਬਣਨ ਜੀ, ਅਤੇ ਸਾਡਾ ਜਿਹੜੀ ਲੋਕਾਂ ਜਿਹੜੀ ਸਾਡੀ ਮੋਹਰੇ ਅਸਲੀਅਤ ਆ ਉਹ ਵੀ ਨਜ਼ਰ ਆਵੇ। ਹਾਂਜੀ। ਤੁਹਾਡਾ ਤੁਸੀਂ ਕਿਸ ਹਿਸਾਬ ਨਾਲ ਸੋਚਦੇ ਆ ਤੁਸੀਂ? ਪੈਸੇ ਬਣਾਉਣ ਨੂੰ ਵੱਡੇ ਵੀਰ ਮੇਰੇ ਕੋਲ ਹੋਰ ਬਹੁਤ ਆਪਸ਼ਨ ਸੀਗੇ ਜੀ, ਮੈਂ ਜੇ ਪੈਸੇ ਕਮਾਉਣੇ ਹੁੰਦੇ ਮੈਂ 8 ਸਾਲ ਨੀਅਰਲੀ 10 ਸਾਲ ਲਾ ਲਓ, 2012 'ਚ ਵੀ ਮੈਂ ਇਹ ਸ਼ੁਰੂ ਕੀਤਾ ਸੀਗਾ, 2014 'ਚ ਸ਼ੂਟਿੰਗ ਸ਼ੁਰੂ ਹੋਈ ਸੀ, ਪਹਿਲਾਂ 2-4 ਸਾਲ ਰਿਸਰਚ ਹੌਲੀ ਹੌਲੀ ਕਰਦੇ ਕਰਦੇ ਅਤੇ ਕਾਫੀ ਟਾਈਮ ਲੱਗ ਗਿਆ, ਪਰ ਜੇ ਉਹ ਟਾਈਮ ਮੈਂ ਕਿਸੇ ਹੋਰ ਪਾਸੇ ਲਾਇਆ ਹੁੰਦਾ ਅਤੇ ਪੈਸੇ ਕਮਾਉਣੇ ਹੁੰਦੇ, ਮੈਂ ਜੋਬ ਕਰਦਾ ਇੱਥੇ, ਮੈਂ ਆਪਣੇ ਮੰਡੇ ਟੂ ਫਰਾਈਡੇ ਜੋਬ ਕਰਕੇ ਵੀਕਐਂਡ ਆਪਣੇ ਬੱਚਿਆਂ ਦੇ ਨਾਲ ਗੁਜ਼ਾਰ ਕੇ, ਇੱਦਾਂ ਪੈਸਾ ਬਹੁਤ ਸੋਹਣਾ ਬਣਦਾ, ਪਰ ਮੇਰਾ ਮਕਸਦ ਪੈਸੇ ਕਮਾਉਣਾ ਨਹੀਂ ਸੀਗਾ ਇਸ ਫਿਲਮ ਤੋਂ, ਮੇਰਾ ਮਕਸਦ ਤਾਂ ਇੱਕ ਇਹ ਆ ਕਿ ਜਿੱਦਾਂ ਮੈਂ ਇੱਥੇ ਇੰਗਲੈਂਡ ਦੇ ਵਿੱਚ ਫੋਰਵਰਡ ਆ ਰਿਹਾ, ਕਿ ਮੈਨੂੰ ਸਾਰੇ ਕਹਿੰਦੇ ਹੁੰਦੇ ਯਾਰ ਇੰਗਲੈਂਡ ਦੇ ਵਿੱਚ ਨਹੀਂ ਇੱਦਾਂ ਹੁੰਦਾ, ਤੈਨੂੰ ਇੱਦਾਂ ਨਹੀਂ ਕਰ ਸਕਦਾ, ਇਹ ਤਾਂ ਇੰਡੀਆ ਜਾ ਕੇ ਹੁੰਦਾ, ਮੈਂ ਆਪਣੇ ਗਾਹਾਂ ਦੀ ਜਿਹੜੀ ਜਨਰੇਸ਼ਨ ਇੰਗਲੈਂਡ ਵਾਲੀ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇੱਥੇ ਵੀ ਸਾਰਾ ਕੁਝ ਹੋ ਸਕਦਾ ਹੈ, ਤੁਸੀਂ ਆਪਣੀ ਪੰਜਾਬੀ ਆਪਣੀ ਕਲਚਰ ਦੇ ਨਾਲ ਕਿਤੇ ਵੀ ਬੈਠ ਕੇ ਜੁੜ ਸਕਦੇ ਹਾਂ, ਅਤੇ ਕਿਤੇ ਵੀ ਬੈਠ ਕੇ ਕੋਈ ਵੀ ਆਪਾਂ ਪ੍ਰੋਡਕਟ ਕੁਛ ਵੀ ਸ਼ੁਰੂ ਕਰ ਸਕਦੇ ਹਾਂ,
ਤੁਹਾਨੂੰ ਜ਼ਰੂਰੀ ਨਹੀਂ ਗਾ ਕਿ ਉਹ ਕਿਸੇ ਕੋਲ ਜਾਣਾ ਪਵੇ, ਅੱਜ ਕੱਲ੍ਹ ਟੈਕਨੋਲੋਜੀ ਜ਼ਮਾਨਾ ਹੈ। ਬਟ ਐਨੀਵੇਜ਼ ਮੇਨ ਗੱਲ ਇਹ ਹੈ ਕਿ ਇਹ ਜਿਹੜੇ ਪੈਸੇ ਬਣਾਉਣ ਨੂੰ ਨਹੀਂ ਹੈਗਾ, ਇਹ ਸਾਨੂੰ ਇਹ ਹੈ ਕਿ ਗਾਹਾਂ ਆਪਾਂ ਆਪਣਾ ਕਲਚਰ ਵੀ ਲੈ ਕੇ ਜਾਈਏ। ਇਹ ਜਿਹੜੀ ਚਮਕੀਲੇ ਦੇ ਮੂਵੀ ਆ, ਮੇਰੇ ਹਿਸਾਬ ਨਾਲ ਬਹੁਤ ਚਿਰ ਪਹਿਲਾਂ ਆਉਣੀ ਚਾਹੀਦੀ ਸੀ, ਕਿਸੇ ਨੂੰ ਬਣਾਉਣੀ ਚਾਹੀਦੀ ਸੀ। ਇੰਨੇ ਸਾਰੇ ਡਾਇਰੈਕਟਰ ਨੇ ਪੰਜਾਬੀ ਇੰਡਸਟਰੀ ਦੇ ਵਿੱਚ, ਇਹ ਪਹਿਲਾਂ ਆਉਣੀ ਚਾਹੀਦੀ ਸੀਗੀ। ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਕਿ ਆਉਣੇ ਚਾਹੀਦੇ ਸੀਗੇ, ਬਟ ਡਿਲੇ ਹੋ ਰਿਹਾ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਲਵੇ, ਬਹੁਤ ਚੰਗੀ ਗੱਲ ਹੈ ਕਿ ਮੈਂ ਬਾਲੀਵੁੱਡ ਦੇ ਵਿੱਚ ਵੀ ਦੇਖਿਆ ਆਪਣੇ ਬੰਬੇ ਤੋਂ ਕਈ ਫਿਲਮਾਂ ਬਣੀਆਂ ਜਿਹੜੇ ਕਿ ਅੱਜ ਕਈ ਵਾਰ ਤੁਸੀਂ ਦੇਖ ਰਹੇ ਕਿ ਉਹਨਾਂ ਦੀ ਮੀਨਿੰਗ ਜਿਹੜੀ ਸੱਚਾਈ ਦੱਸਣ ਲੱਗੇ, ਉਹ ਕਹਿੰਦੇ ਉਹ ਵੀ ਖੁਦ ਦੱਸਦੇ ਆ ਵੀ ਇਹ ਫਿਲਮਾਂ ਜਿਹੜੀਆਂ ਕਈ ਵਾਰੀ ਜਿਹੜੀਆਂ ਉਹਨੇ ਅੱਜ ਬਣਾਈਆਂ, ਇਹ ਬਹੁਤ ਚਿਰ ਪਹਿਲਾਂ ਬਣਨੀ ਚਾਹੀਦੇ ਸੀ, ਸਾਡੇ ਬੱਚਿਆਂ ਨੂੰ ਸਾਡੇ ਹੋਰ ਸਾਰਿਆਂ ਨੂੰ ਕਲਚਰ ਹਿਸਾਬ ਨਾਲ ਉਹਨਾਂ ਨੂੰ ਸਿੱਖਿਆ ਮਿਲਣੀ ਚਾਹੀਦੀ। ਪਰ ਨਹੀਂ, ਅਸੀਂ ਉਸ ਕੰਮ ਦੇ ਵਿੱਚ ਨਹੀਂ, ਅਸੀਂ ਤਾਂ ਆਪਣੇ ਪੈਸੇ ਬਣਾਉਣ ਦੇ ਵਿੱਚ ਹੋਏ ਸੀ। ਚਲੋ, ਖੈਰ, ਪਰਮਾਤਮਾ ਤੁਹਾਨੂੰ ਚੜ੍ਹ ਚੜ੍ਹ ਕੇ ਰੱਖੇ, ਤੰਦਰੁਸਤੀਆਂ ਬਖਸ਼ੇ। ਤੁਹਾਡੀ ਜਿਹੜੀ ਮਿਹਨਤ ਆ, ਮੇਰਾ ਆਪਾਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਹਾਡੀ ਮਿਹਨਤ ਕੀਤੇ ਫਲ ਤੁਹਾਨੂੰ ਜ਼ਰੂਰ ਮਿਲਣਾ ਚਾਹੀਦਾ। ਜੇ ਆਪਾਂ ਦਰਖਤ ਲਾਉਂਦੇ ਹਾਂ ਤਾਂ ਉਹਦਾ ਆਪਾਂ ਨੂੰ ਫਰੂਟ ਵੀ ਖਾਣਾ ਚਾਹੀਦਾ। ਅਤੇ ਮੇਰੀ ਇਹ ਅਰਦਾਸ ਵਾ ਕਿ ਪਰਮਾਤਮਾ ਤੁਹਾਨੂੰ ਚੜ੍ਹ ਚੜ੍ਹ ਕੇ ਰੱਖੇ, ਤੰਦਰੁਸਤੀਆਂ ਬਖਸ਼ੇ। ਅੱਗੇ ਤੋਂ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਤੁਹਾਡੇ ਪ੍ਰੋਜੈਕਟ ਆ ਉਹਨੂੰ ਅੱਗੇ ਲਿਆਓ ਅਤੇ ਆਪਣੇ ਦੇਸ਼ ਕੌਮ ਦੀ ਸੇਵਾ ਕਰੋ। ਅਤੇ ਪਰਮਾਤਮਾ ਚੜ੍ਹ ਕੇ ਰੱਖੇ ਆ, ਤੰਦਰੁਸਤੀ ਬਖਸ਼ੇਗਾ। ਅਤੇ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਤਾਂ ਜੀ ਸਾਂਝਾ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਸ ਤੈਨੂੰ ਧੰਨਵਾਦ ਕਰਨਾ ਚਾਹੁੰਦਾ, ਜਿਹੜਾ ਤੁਸੀਂ ਟਾਈਮ ਕੱਢ ਕੇ ਮੈਨੂੰ ਇਸ ਵੇਲੇ ਆਹ ਕੈਮਰੇ ਦੇ ਵਿੱਚ ਦੇਖ ਰਹੇ ਹਾਂ ਟੀ ਵੀ 'ਤੇ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ। ਸਪੋਰਟ ਕਰੋ ਜੀ ਪੰਜਾਬੀ ਕਲਚਰ ਨੂੰ, ਜ਼ਰੂਰੀ ਨਹੀਂ ਫਿਲਮ, ਹਰੇਕ ਕਿਤਾਬਾਂ ਦੀ ਵੀ ਸਪੋਰਟ ਕਰੋ ਬੱਚਿਆਂ ਨੂੰ। ਅੱਜ ਕੱਲ੍ਹ ਉਹ ਨੈੱਟ ਦਾ ਜ਼ਮਾਨਾ ਆ ਗਿਆ, ਪਰ ਕੋਸ਼ਿਸ਼ ਕਰੋ ਕਿ ਕਿਤਾਬਾਂ ਵੀ ਆਪਾਂ ਉਹਨਾਂ ਨੂੰ ਪੜ੍ਹਾ ਸਕੀਏ, ਕੋਲ ਬਹਿ ਕੇ ਆਪਾਂ ਆਪ ਬੱਚਿਆਂ ਦੇ ਨਾਲ ਪੜ੍ਹੀਏ। ਸੋ ਇਹੀ ਮੇਰੀ ਇੱਕ ਹੈਗੀ ਹੈ ਕਿ ਪੰਜਾਬੀ ਕਲਚਰ ਨਾਲ ਜੁੜੇ ਰਹੋ। ਅਤੇ ਭਾਅ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝਾ ਪੰਜਾਬ ਚੈਨਲ ਲਾਈਵ ਦੇ ਉੱਤੇ ਆਏ ਆ ਅਤੇ ਆਣ ਕੇ ਆਪਣੀ ਫਿਲਮ ਦੀ ਜਿਹੜੀ ਆਪਾਂ ਇੰਟਰਵਿਊ ਦਿੱਤੀ ਆ ਜੀ, ਅਤੇ ਬਹੁਤ ਬਹੁਤ ਤੁਹਾਡਾ ਥੈਂਕ ਯੂ ਅਤੇ ਤੁਹਾਡਾ ਧੰਨਵਾਦ ਜੀ। ਅਤੇ ਪਰਮਾਤਮਾ ਕਰੇ ਤੁਹਾਨੂੰ ਚੜ੍ਹਦੇ ਕਰ ਰੱਖੇ। ਅਤੇ ਆਖਿਰ ਦੇ ਵਿੱਚ ਮੈਂ ਸਾਰੇ ਸਰੋਤਿਆਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਜਿਹੜੇ ਬੜੇ ਪਿਆਰ ਨਾਲ ਸੁਣ ਰਹੇ ਨੇ ਅਤੇ ਦੇਖ ਰਹੇ ਨੇ। ਪਰਮਾਤਮਾ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੇ ਕਰ ਰੱਖੇ, ਤੰਦਰੁਸਤ ਬਖਸ਼ੇ। ਇਸੇ ਤਰ੍ਹਾਂ ਤੁਸੀਂ ਸਾਂਝੇ ਪੰਜਾਬ ਦੇ ਨਾਲ ਜੁੜੇ ਰਹੋ ਅਤੇ ਸਾਂਝਾ ਪੰਜਾਬ ਦੀ ਹੈਲਪ ਕਰੋ ਅਤੇ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਪ੍ਰੋਜੈਕਟ ਲੈ ਕੇ ਤੁਹਾਡੇ ਸਾਹਮਣੇ ਹੋਵਾਂਗੇ। ਤੋ ਸਭ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਸਾਡੇ ਦੋਵਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।